ਬੇਸ਼ੱਕ ਮੈਨੂੰ ਸਰਟੀਫਿਕੇਟ ਨਹੀਂ ਮਿਲਿਆ, ਬੇਸ਼ੱਕ ਮੈਨੂੰ ਐਮਪੀ ਦਾ ਸਰਟੀਫਿਕੇਟ ਨਹੀਂ ਮਿਲਿਆ, ਲੇਕਿਨ ਦੋਸਤੋ ਕੱਲ ਤੋਂ ਲੈ ਕੇ ਅੱਜ ਤੱਕ ਜਦੋਂ ਕੱਲ ਮੈਂ 5:30 ਵਜੇ ਉੱਠ ਕੇ 6 ਵਜੇ ਰੋਜ਼ ਗਾਰਡਨ ਬਠਿੰਡੇ ਦੇ ਵਿੱਚ ਗਿਆ ਹਾਂ ਤੇ ਮੈਂ ਵਕੀਲਾਂ ਦੇ ਚੈਂਬਰਾਂ 'ਚ ਜਾ ਕੇ ਤੇ ਉੱਥੇ ਪਾਰਕਾਂ ਦੇ ਵਿੱਚ ਤੁਰ ਤੁਰ ਕੇ ਲੋਕਾਂ ਦਾ ਧੰਨਵਾਦ ਕੀਤਾ। 100 ਦੀ ਤਾਦਾਦ ਦੇ ਵਿੱਚ ਮਾਵਾਂ ਤੇ ਬਜ਼ੁਰਗ ਮੇਰੇ ਗਲੇ ਲੱਗ ਲੱਗ ਕੇ ਰੋਏ। ਮੈਂ ਕਰੜਾ ਸ਼ਰੀਰ ਕਰਦਾ ਸੀ ਪਰ ਜਦੋਂ ਮੇਰੀ ਮਾਂ ਮੇਰੇ ਗਲੇ ਲੱਗ ਕੇ ਰੋਂਦੀ ਸੀ ਕਿਤੇ ਮੇਰੀਆਂ ਵੀ ਰੋਣ ਨਿਕਲ ਜਾਂਦਾ ਸੀ ਜੋ ਉਹਨਾਂ ਦਾ ਪਿਆਰ ਵੇਖ ਕੇ। ਮੈਂ ਰੋਂਦਾ ਇਸ ਕਰਕੇ ਨਹੀਂ ਹਾਂ ਕਿ ਮੈਂ ਹਾਰ ਗਿਆ, ਮੈਂ ਰੋਂਦਾ ਇਸ ਕਰਕੇ ਨਹੀਂ ਹਾਂ ਕਿ ਮੈਂ ਇੰਨੇ ਦਿਨ ਮਿਹਨਤ ਕੀਤੀ ਮੈਨੂੰ ਫਲ ਨਹੀਂ ਮਿਲਿਆ। ਮੈਂ ਰੋਂਦਾ ਕਈ ਵਾਰੀ ਭਾਵਕ ਹੋ ਜਾਂਦਾ ਇਸ ਕਰਕੇ ਕਿ ਮੈਂ ਇਹਨਾਂ ਲੋਕਾਂ ਦਾ ਅਹਿਸਾਨ ਕਿਵੇਂ ਦੇਵਾਂਗਾ ਜਿਹੜੀਆਂ ਮਾਵਾਂ ਮੈਨੂੰ ਗਲੇ ਲਾ ਕੇ ਬਾਪੂਆਂ ਨੇ ਪੁੱਤਾਂ ਨੇ ਭਰਾਵਾਂ ਨੇ ਮੈਨੂੰ ਕਿਹਾ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਹੈ, ਜਿਨ੍ਹਾਂ ਦੀਆਂ ਉਮੀਦਾਂ ਮੇਰੇ ਤੇ 1000 ਗੁਣੇ ਵੱਧ ਸਨ ਕਿ ਰਾਜਾ ਬੜਿੰਗ ਪੜੂਗਾ ਤੇ ਸਾਡਾ ਆਹ ਕੰਮ ਕਰਿਆ ਕਰੂਗਾ। ਅੱਜ ਮੈਂ ਚੁਣਾਵ ਹਾਰ ਕੇ ਆਪਦੇ ਭਰਾਵਾਂ ਤੇ ਬਜ਼ੁਰਗਾਂ ਦੀਆਂ ਉਮੀਦਾਂ ਤੇ ਕਿਵੇਂ ਖਰਾ ਉਤਰਾਂਗਾ, ਇਹ ਮੈਨੂੰ ਚਿੰਤਾ ਤੇ ਮੈਨੂੰ ਆਪਦਾ ਗਮ ਹੈ। ਲੇਕਿਨ ਸਤਿਕਾਰਯੋਗ ਭਰਾਓ, ਤੁਹਾਡੇ ਸਾਥ ਦੀ ਬੜੀ ਲੋੜ ਹੈ, ਤੁਹਾਡੇ ਪਿਆਰ ਦੀ ਬੜੀ ਲੋੜ ਹੈ। ਮੇਰੇ ਕੋਲ ਹੁਣ 9 ਹਲਕੇ 1/10 ਗਿੱਦੜਵਾ ਹੈ, 10 ਹਲਕਿਆਂ 'ਚ ਮੈਂ ਸਰੀਰ ਤੋੜੂੰਗਾ ਆਪਦਾ। ਮੈਂ ਜੇ 5 ਘੰਟੇ ਨੀਂਦ ਲੈਂਦਾ ਸੀ ਮੈਂ 2 ਘੰਟੇ 3 ਘੰਟੇ ਲਵਾਂਗਾ। ਸਾਰਾ ਚਿਰ ਤੁਹਾਡੇ ਵਿਚਕਾਰ ਰਹਿ ਕੇ ਮੇਰੇ ਮਨ 'ਚ ਇੱਛਾ ਮੈਂ ਤੁਹਾਡੀ ਸੇਵਾ ਕਰਾਂ, ਕਿਉਂਕਿ ਜਿੱਤਿਆ ਉਹ ਹੁੰਦਾ ਜਿਹਨੂੰ ਲੋਕ ਵੇਖ ਕੇ ਮਨ ਭਰੇ ਆਉਣ, ਜਿੱਤਿਆ ਉਹ ਹੁੰਦਾ ਜਿਹਨੂੰ ਲੋਕ ਵੇਖ ਕੇ ਕਹਿਣ ਕਿ ਉਹ ਚੱਲਿਆ ਸਾਡਾ ਪੁੱਤ। ਬੇਸ਼ੱਕ ਜਿੰਨੀ ਮਰਜ਼ੀ ਬਾਦਲ ਵਾਲੇ ਜਿੱਤੇ ਫਿਰਨ, ਅੱਜ ਹਰ ਅੱਖ ਤੇ ਹਰ ਮੂੰਹ ਇਹ ਗੱਲ ਕਰਦਾ ਕਿ ਪਤਾ ਨਹੀਂ ਰਾਜੇ ਵੜਿੰਗ ਨੂੰ ਕੀ ਹੋ ਗਿਆ, ਇਹ ਸਾਨੂੰ ਲੱਗਦਾ ਨਹੀਂ ਸੀ ਹਾਰ ਸਕਦਾ, ਇਹ ਕਿਵੇਂ ਹਾਰ ਗਿਆ, ਇਹ ਅਣਹੋਣੀ ਕਿਵੇਂ ਹੋ ਗਈ। ਸੋ ਮੈਂ ਜਿੱਤੇ ਤੁਸੀਂ ਕਿਸੇ ਗੱਲ ਦੀ ਬੇਫਿਕਰ ਹੋਇਓ, ਬੇ ਚਿੰਤਾ ਨਾ ਕਰਿਓ, ਮੈਨੂੰ ਹੌਸਲਾ ਦਿੰਦੇ ਰਹੋ ਤੇ ਦੁਆ ਕਰਦੇ ਰਹੋ ਕਿ ਮੈਂ ਤੰਦਰੁਸਤੀ ਪਰਮਾਤਮਾ ਮੈਨੂੰ ਦੇਵੇ। ਜੇ ਤੰਦਰੁਸਤੀ ਮੇਰੇ 'ਚ ਰਹੀ ਮੈਂ ਆਪਦੇ ਨਿਸ਼ਾਨੇ ਤੋਕਦਾ ਨਹੀਂ, ਮੇਰਾ ਨਿਸ਼ਾਨਾ ਠੀਕ ਆ ਦੱਸੀ ਜੀ ਹੋਣਾ ਨੇ ਕੋਈ। ਮੈਂ MLA ਬਣ ਕੇ ਵੇਖ ਲਿਆ, ਮੈਂ ਆਲ ਇੰਡੀਆ ਦਾ ਪ੍ਰਧਾਨ ਰਿਹਾ, ਮੇਰੇ ਥੱਲੇ ਘੱਟੋ ਘੱਟ 15 MP ਹੁੰਦੇ ਸਨ, ਮੇਰੇ ਥੱਲੇ ਘੱਟੋ ਘੱਟ 30 MLA ਕੰਮ ਕਰਦੇ ਸਨ ਆਲ ਇੰਡੀਆ ਦੇ। ਮੈਂ ਸਾਰਾ ਕੁਛ ਨੇੜੇ ਹੋ ਕੇ ਵੇਖਿਆ। ਕਾਂਗਰਸ ਪਾਰਟੀ ਦਾ ਇੱਛਾ ਇਹ ਹੈ ਕਿ ਮੈਂ ਨਿਸ਼ਾਨਾ ਆਪਦੇ ਥਾਂ ਤੇ ਲਾ ਨਹੀਂ ਸਕਿਆ, ਮੇਰੇ ਮਨ 'ਚ ਗਿਲਾ ਤੇ ਮਲਾਲ ਰਹੇਗਾ। ਲੇਕਿਨ ਜਦ ਤੱਕ ਰਾਜਾ ਵੜਿੰਗ ਉਹ ਨਿਸ਼ਾਨਾ ਲਾ ਨਹੀਂ ਸਕੇਗਾ, ਉਹਨਾਂ 'ਚ ਚੈਨ ਦੀ ਨੀਂਦ ਸੋਏਗਾ ਨਹੀਂ। ਨਿਸ਼ਾਨਾ ਉੱਥੇ ਹੀ ਹੈ। ਹੁਣ ਮੇਰੀ ਅੰਮ੍ਰਿਤਸਰ ਦੇ ਭਰਾ ਖੜੇ ਹੈ, ਮੇਰੀ ਇੱਛਾ ਵਾਰ ਵਾਰ MLA ਬਣਦੀ ਨਹੀਂ, ਮੇਰੀ ਇੱਛਾ ਇੱਕ ਹੀ ਇੱਛਾ ਹੈ ਕਿ ਹਰਸਿਮਰਤ ਕੌਰ ਬਾਦਲ ਜਾਂ ਬਾਦਲ ਪਰਿਵਾਰ ਨੂੰ ਹਰਾਉਣ ਦੀ ਇੱਛਾ ਹੈ। ਇਹ ਸੱਚੇ ਪਾਤਸ਼ਾਹ ਮੇਰੇ ਮਰਨ ਤੋਂ ਪਹਿਲਾਂ ਮੈਂ ਮਹਾਰਾਣਾ ਪ੍ਰਤਾਪ ਨੂੰ 1000 ਲੜਾਈਆਂ ਲੜ ਸਕਦਾ। ਮਹਾਰਾਣਾ ਪ੍ਰਤਾਪ ਲੜਦੇ ਲੜਦੇ ਸ਼ਹੀਦ ਹੋ ਗਏ, ਕੋਈ ਲੜਾਈ ਨਹੀਂ ਜਿੱਤੇ, ਹਲਦੀ ਘਾਟੀ ਦੀ ਲੜਾਈ ਹੋਈ ਜਿੱਥੋਂ ਦੀ ਧਰਤੀ ਦਾ ਰੰਗ ਵੀ ਲਾਲ ਹੈ। ਜੇ ਤੁਸੀਂ ਦੇਖ ਕੇ ਆਓ ਮਹਾਰਾਣਾ ਪ੍ਰਤਾਪ ਕੋਈ ਲੜਾਈ ਜਿੱਤੇ ਨਹੀਂ, ਲੜਦੇ ਰਹੇ, ਲੇਕਿਨ ਉਹਨਾਂ ਨੇ ਰਾਜਪੂਤਾਂ ਦੀ ਮੁੱਛ ਥੱਲੇ ਨਹੀਂ ਹੋਣ ਦਿੱਤੀ। ਮਹਾਰਾਣਾ ਪ੍ਰਤਾਪ ਮਰਨੋਂ ਮਰ ਗਿਆ ਲੇਕਿਨ ਉਹਨਾਂ ਨੇ ਈਦ ਨਹੀਂ ਦਿੱਤੀ। ਸੋ ਮੇਰੀ ਇੱਛਾ ਬਾਦਲਾਂ ਨਾਲ ਲੜਨ ਦੀ ਹੈ, ਪਰ ਲੜ ਲੜ ਕੇ ਸ਼ਹੀਦ ਹੋਣ ਦੀ ਤੇ ਮਰਨ ਦੀ ਹੈ। ਔਰ ਜਿੰਨਾ ਚਿਕਰ ਬਾਦਲ ਵਾਲਿਆਂ ਨੂੰ ਹਰਾ ਨਹੀਂ ਦਿੰਦਾ ਉਹਨਾਂ ਚਿਕਰ ਮੈਂ ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਚੱਲਦਾ ਫਿਰਦਾ ਰੱਖੀ। ਔਰ ਜਿੱਦੇ ਇਹ ਕਿਲਾ ਫਤਿਹ ਕਰਨਾ ਮੈਨੂੰ ਉਹਦੇ ਚਾਹੇ ਇਸ ਦੁਨੀਆ ਤੋਂ ਲੈ ਜੀ, ਤਾਂ ਜੋ ਇਹ ਮਿਸਾਲ ਕਾਇਮ ਹੋ ਜਾਏ ਕਿ ਇੱਕ ਆਮ ਸਧਾਰਨ ਪਰਿਵਾਰ ਦੇ ਪੁੱਤ ਨੇ ਜੋ ਧਈਆ ਕੀਤਾ ਸੀ ਉਸ ਧਈਏ ਤੇ ਅਖੀਰ ਤੱਕ ਜਨਤਾ ਨੇ ਪਛਾਉਣ ਦਾ ਕੰਮ ਕੀਤਾ। ਸੋ ਸਤਿਕਾਰਯੋਗ ਭਰਾਓ, ਤੁਹਾਡਾ ਸਾਰਿਆਂ ਦਾ ਸਾਰੀ ਸਾਰੀ ਰਾਤ